ਸਤਿ ਸ੍ਰੀ ਅਕਾਲ, ਮੇਰਾ ਨਾਮ ਸੁਖਜੀਤ ਸਿੰਘ, ਮੇਰਾ ਪਿੰਡ ਕੰਕਵਾਲ ਭੰਗੂਆਂ, ਡਿਸਟ੍ਰਿਕਟ ਸੰਗਰੂਰ, ਪੰਜਾਬ ਕਰਨ ਵਾਲਾ ਹੂੰ। ਮੈਂ ਪਹਿਲੀ ਵਾਰ 2012-13 ਮੇਂ ਜਹਾਂ IRA ਮੇਲੇ ਮੇਂ ਆਇਆ ਥਾ। ਉਸ ਟਾਈਮ ਮੈਂ ਮੇਲੇ ਮੇਂ ਕਾਫੀ ਸਾਰੀਆਂ ਕੰਪਨੀਆਂ ਦੇਖ ਕੇ, ਕਾਫੀ ਸਾਰੇ ਪ੍ਰੋਡਕਟ ਦੇਖ ਕੇ, ਉਸਕੇ ਬਾਅਦ ਆਪਣੇ ਆਪ ਕੋ ਬਦਲਣਾ ਚਾਹਾ। IRA ਕੀ ਨਈ ਬ੍ਰੈਡੀ ਕੋ ਅਡੋਪਟ ਕੀਆ, ਇਨਕੋ ਆਪਣੇ ਖੇਤ ਮੇਂ ਲਗਾਇਆ, ਐਜ ਆ ਸੀਡ ਲਗਾਇਆ। ਜੈਸੇ HD 3086, CSR W 18, HD 3226, ਔਰ ਇਸਕੇ ਸਾਥ ਪੁਰਾਣੀ ਵਰਾਇਟੀ ਜੈ HD 3059, ਇਸੀ ਤਰ੍ਹਾਂ ਪੈਡੀ ਕੇ ਅੰਦਰ PUSHA 44, PV 1121, ਨਈ ਵਰਾਇਟੀ PV 1509, PV 1718। ਤੋ ਜੈਸੇ ਹਮਾਰੇ ਪਹਿਲੇ ਖੇਤ ਕੇ ਅੰਦਰ 42-43 ਹਜ਼ਾਰ ਕਾ ਪਰ ਗੇਹੂੰ ਕਾ ਪਰ ਏਕੜ ਰਹਿਤਾ ਥਾ, ਵੋ ਅਭੀ ਹਮਕੋ ਕਰੀਬ ਕਰੀਬ 50,000 ਕੇ ਆਸ ਪਾਸ ਆਨੇ ਲੱਗ ਗਿਆ, ਔਰ ਇਸਕਾ ਸੀਡ ਸੇਲ ਕਰਕੇ ਹਮਕੋ ਔਰ ਵੀ ਪ੍ਰੋਫਿਟ ਹੋਣੇ ਲੱਗ ਗਿਆ। ਤੋ ਇਸਕੇ ਸਾਥ ਮੈਂ ਜਹਾਂ IRA ਮੇਂ ਆਨਾ ਲਗਾ, ਔਰ ਜਹਾਂ ਸੇ ਇੱਕ ਹਮਨੇ ਟਿਸ਼ੂ ਕਲਚਰ ਕਾ ਟ੍ਰੇਨਿੰਗ ਲਿਆ, ਔਰ ਵਾਟਰ ਟੈਕਨੋਲੋਜੀ ਡਿਪਾਰਟਮੈਂਟ ਵੀ ਇੱਕ ਵਾਟਰ ਟੈਕਨੋਲੋਜੀ ਕਾ ਟ੍ਰੇਨਿੰਗ ਲਿਆ। ਤੋ ਜੇ ਟ੍ਰੇਨਿੰਗ ਲੈਣੇ ਸੇ ਵੀ ਮੈਂ ਮੇਰੇ ਕੋ ਜੈਸੇ ਪਾਣੀ ਕੋ ਕੈਸੇ ਬਚਾਨਾ ਹੈ, ਤੋ ਜੈਸੇ ਹਮ ਆਪਣੀ ਕ੍ਰੋਪ ਕੇ ਅੰਦਰ ਜ਼ਿਆਦਾ ਪਾਣੀ ਡਾਲ ਦਿੱਤੇ ਤੋ ਦਿੱਤੇ ਥੇ, ਔਰ ਹਮ ਉਸੀ ਹਿਸਾਬ ਸੇ ਥੋੜ੍ਹਾ ਕਮ ਪਾਣੀ ਡਾਲਣ ਲੱਗੇ। ਇਸਕੇ ਸਾਥ ਮੈਂ ਜੋ ਆਪਣੇ ਸੀਡ ਟੈਕਨੋਲੋਜੀ ਕੇ ਸੈਮੀਨਾਰ ਥੇ ਵੋ ਅਟੈਂਡ ਕਰਨੇ ਲਗਾ। ਤੋ ਜੇ ਸਾਰਾ ਕਰਨ ਕੇ ਬਾਅਦ ਮੈਂ ਜ਼ਿਆਦਾਤਰ IRA ਮੇਂ ਆਨੇ ਲਗਾ, ਜਹਾਂ ਪੇ ਕਾਮ ਕਰਕੇ ਮੇਰੇ ਕੋ ਸਭ ਸੇ ਜ਼ਿਆਦਾ ਸੈਟਿਸਫੈਕਸ਼ਨ ਹੋਤੀ ਥੀ। ਤੋ ਜਹਾਂ ਕਿ ਬ੍ਰੈਡੀਜ ਰਿਜ਼ਲਟ ਵੀ ਸਭ ਸੇ ਜ਼ਿਆਦਾ ਦਿੱਤੀ ਥੀ। ਆਪਣੀ ਬ੍ਰੈਡੀ ਆਪਣੇ ਖੇਤ ਕੇ ਅੰਦਰ ਹੀ ਕਈ ਕਾਫੀ ਸਾਰੀ ਬ੍ਰੈਡੀ ਤਿਆਰ ਕਰਕੇ ਆਪਣੇ ਪ੍ਰੋਸੈਸਿੰਗ ਪਲਾਂਟ ਮੇਂ ਸਟੋਰ ਕਰਕੇ, ਉਸਕੋ ਗ੍ਰੇਡ ਕਰਕੇ, ਪੈਕਿੰਗ ਕਰਕੇ ਆਪਣੇ ਆਸ ਪਾਸ ਮੇਂ ਫਾਰਮਰ ਕੋ ਵੀ ਦਿੱਤਾ ਰਹਾ, ਅਭੀ ਵੀ ਦੇ ਰਹਾ ਹੂੰ, ਔਰ ਮਾਰਕੀਟਿੰਗ ਕੇ ਅੰਦਰ ਵੀ ਵੇਚਦਾ ਹੂੰ, ਔਰ ਮੈਂ ਜ਼ਿਆਦਾ ਸੇ ਜ਼ਿਆਦਾ ਫਾਰਮਰ ਕੋ ਸਾਥ ਮੇਂ ਜੋੜ ਕੇ ਰੱਖਦਾ ਹੂੰ। ਆਪਣੀਆਂ IRA ਕੀ ਬ੍ਰੈਡੀਆਂ ਕੋ ਫਾਰਮਰ ਕੋ ਜ਼ਿਆਦਾ ਦਿੱਤਾ ਹੂੰ, ਤੋ ਇਨਕਾ ਲਾਭ ਉਠਾ ਪਾਏ, ਔਰ ਮਾਰਕੀਟ ਕੇ ਅੰਦਰ ਵੀ ਠੀਕ ਲਿਮਿਟ ਰੇਟ ਮੇਂ ਇਨਕੀ ਸਪਲਾਈ ਦੇਤਾ ਹੂੰ, ਜੋ IRA ਕੀ ਬ੍ਰੈਡੀਜ ਕਾ ਸਭ ਸੇ ਜ਼ਿਆਦਾ ਹਮਾਰੇ ਕਿਸਾਨ ਭਾਈ ਇਸ ਸੇ ਲਾਭ ਪ੍ਰਾਪਤ ਕਰ ਸਕੇ। ਥੈਂਕ ਯੂ।